ਕਹਿੰਦੇ ਨਸ਼ਾ ਤਸਕਰਾਂ ਨੂੰ ਨਕੇਲ ਪਾਵਾਂਗੇ, ਮਾੜੇ ਅੰਸਰਾਂ ਨੂੰ ਨਕੇਲ ਪਾਵਾਂਗੇ, ਭ੍ਰਿਸ਼ਟਾਚਾਰ ਨੂੰ ਨਕੇਲ ਪਾਵਾਂਗੇ, ਹੁਣ ਤੁਹਾਡੇ ਕੋਲੋਂ ਕੋਈ ਮੰਗੇਗਾ ਨਹੀਂ ਬਰਾਈਬ। ਜੀ ਅੱਜ ਨਵਾਂਸ਼ਹਿਰ ਦੇ ਵੱਖੋ ਵੱਖ ਸਬ ਡਿਵੀਜ਼ਨਾਂ ਵਿੱਚ ਨਾਕੇ ਲੱਗੇ ਹੋਏ ਆ, ਔਰ ਮਾਣਯੋਗ SSP ਸਾਹਿਬ ਕਹਿੰਦੇ ਕਿ ਹੁਣ ਰੈਂਡਮਲੀ ਇੱਦਾਂ ਦੀ ਹੁੰਦੀ ਰਹੇਗੀ ਡਰਾਈਵ ਜੀ, ਰੈਂਡਮਲੀ ਇੱਦਾਂ ਦੀ ਚੱਲਦੀ ਰਹੇਗੀ ਡਰਾਈਵ ਜੀ। ਬੱਤੀ ਨਵਾਂਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ, ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਔਰ ਮਾਣਯੋਗ SSP ਭਾਗੀਰਥ ਮੀਨਾ ਜੀ ਨੇ ਚਾਰਜ ਸੰਭਾਲ ਲਿਆ, ਅੱਜ ਪੱਤਰਕਾਰਾਂ ਦੀ ਮਾਣਯੋਗ SSP ਸਾਹਿਬ ਨਾਲ ਮੀਟਿੰਗ ਹੋਈ ਹੈ, ਔਰ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ, ਲੋਕਾਂ ਦੇ ਖਦਸ਼ੇ ਸਾਂਝੇ ਕੀਤੇ ਆ, ਔਰ ਜਿਵੇਂ ਨਸ਼ਾ ਤਸਕਰੀ ਹੌਲੀ ਹੌਲੀ ਵੱਧ ਰਹੀ ਹੈ ਉਹਦੇ ਚੱਲਦਿਆਂ ਮਾਣਯੋਗ SSP ਸ਼੍ਰੀ ਭਾਗੀਰਥ ਮੀਨਾ ਜੀ ਨਾਲ ਪੱਤਰਕਾਰਾਂ ਨੇ ਮਨ ਦੇ ਵਲਵਲੇ ਸਾਂਝੇ ਕੀਤੇ, ਤਾਂ SSP ਸਾਹਿਬ ਨੇ ਵੀ ਜਦੋਂ ਜੁਆਇਨ ਕੀਤਾ ਹੈ ਨਾਲ ਦੀ ਨਾਲ ਇਹੀ ਆਖਿਆ ਕਿ ਨਵਾਂਸ਼ਹਿਰ ਵਿੱਚ ਨਸ਼ਾ ਤਸਕਰੀ ਨੂੰ ਨਕੇਲ ਪਾਈ ਜਾਵੇਗੀ, ਔਰ ਨਸ਼ੇ ਨੂੰ ਜੜ੍ਹ ਤੋਂ ਮਕਾਉਣ ਦੀ ਕੋਸ਼ਿਸ਼ ਹੋਵੇਗੀ, ਔਰ ਸਰਕਾਰ ਵੀ ਇਹੀ ਗੱਲ ਆਖਦੀ ਹੈ, ਤਾਂ ਇਸ ਦੇ ਚੱਲਦੇ ਹੀ ਨਵਾਂਸ਼ਹਿਰ ਦੇ ਬੰਗਿਆਂ ਦੇ ਵੱਖੋ ਵੱਖ ਸਬ ਡਿਵੀਜ਼ਨਸ ਵਿੱਚ ਇਸੇ ਤਰੀਕੇ ਨਾਕੇਬੰਦੀ ਕੀਤੀ ਗਈ ਹੈ, ਔਰ ਸ਼ੱਕੀ ਵਿਅਕਤੀ ਨੂੰ ਰੋਕਿਆ ਜਾ ਰਿਹਾ। ਹਾਲਾਂਕਿ ਸਾਨੂੰ ਇੱਥੇ ਤਕਰੀਬਨ 5 ਤੋਂ 7 ਮਿੰਟ ਹੋ ਗਏ, ਤਾਂ ਆਮ ਪਬਲਿਕ ਨੂੰ ਵੀ ਕੋਈ ਹਰਾਸਮੈਂਟ ਨਾ ਹੋਵੇ ਇਸ ਦਾ ਵੀ ਖਿਆਲ ਰੱਖਿਆ ਜਾ ਰਿਹਾ। ਜੇ ਕੋਈ ਸ਼ੱਕੀ ਵਿਅਕਤੀ ਲੱਗਦਾ ਤਾਂ ਚੈੱਕ ਕੀਤਾ ਜਾ ਰਿਹਾ। ਤਾਂ ਆਪਾਂ ਹੁਣ ਜਿਹੜੇ ਮੌਕੇ 'ਤੇ ਮੌਜੂਦ SHO ਸਾਹਿਬ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਔਰ ਮੂਸਾਪੁਰ ਰੋਡ 'ਤੇ ਆ ਵੀਰੇ, ਅੱਗੇ ਆ ਕੇ ਦਿਖਾ ਦਿਓ, ਔਰ ਇੱਥੇ ਇਸ ਨਾਕੇ 'ਤੇ 18 ਦੇ ਕਰੀਬ ਜਿਹੜੀ ਆ ਮੁਲਾਜ਼ਮਾਂ ਦੀ ਡਿਪਲੋਇਮੈਂਟ ਹੈ, ਤਾਇਨਾਤੀ ਹੈ, ਔਰ ਨਵਾਂਸ਼ਹਿਰ ਵਿੱਚ ਟੋਟਲ 301 ਮੁਲਾਜ਼ਮ ਜਿਨ੍ਹਾਂ ਦੀ ਅੱਜ ਡਿਪਲੋਇਮੈਂਟ ਹੋਈ ਹੈ। ਕਿਉਂਕਿ ਪਿਛਲੇ ਦਿਨਾਂ ਵਿੱਚ ਅਸੀਂ ਇਹ ਵੀ ਗੱਲ ਜ਼ਾਹਰ ਕੀਤੀ ਹੈ ਕਿ ਜਿਵੇਂ ਕੋਠੀ ਰੋਡ 'ਤੇ ਸਨੈਚਿੰਗ ਹੋਈ ਹੈ, ਪੰਡੋਰੇ ਮਹੱਲੇ ਸਨੈਚਿੰਗ ਹੋਈ ਹੈ, ਰਣਜੀਤ ਨਗਰ ਵਿੱਚ ਸਨੈਚਿੰਗ ਹੋਈ ਹੈ, ਤਾਂ ਆਮ ਲੋਕਾਂ ਦਾ ਇਹ ਖਦਸ਼ਾ ਸੀਗਾ ਕਿ ਪੈਟਰੋਲਿੰਗ ਘੱਟ ਹੁੰਦੀ ਹੈ, ਨਾਕੇਬੰਦੀ ਘੱਟ ਹੁੰਦੀ ਹੈ, ਜੇ ਨਾਕੇਬੰਦੀ ਪ੍ਰੋਪਰ ਹੋਵੇ ਤਾਂ ਜਿਹੜੇ ਸਨੈਚਰਸ ਆ ਇਹ ਬਚ ਨਹੀਂ ਸਕਦੇ। ਤਾਂ ਉਸਦੇ ਚੱਲਦੇ ਹੀ ਮਾਣਯੋਗ SSP ਸਾਹਿਬ ਨੇ ਬਹੁਤ ਜਲਦੀ ਨਾਲ ਸਟੈਪ ਲਿਆ, ਔਰ ਉਮੀਦ ਵੀ ਜਾਗੀ। ਹਾਲਾਂਕਿ ਕੁਝ ਲੋਕ ਕਹਿੰਦੇ ਕਿ ਨਾਕਾ ਅੱਜੇ ਲੱਗਿਆ, ਮੁੜ ਕੇ ਪਤਾ ਨਹੀਂ ਲੱਗਣਾ ਕਿ ਨਹੀਂ ਲੱਗਣਾ, ਤਾਂ ਉਹਨਾਂ ਨੂੰ ਦੱਸ ਦਈਏ ਕਿ SSP ਸਾਹਿਬ ਨੇ ਇਹ ਯਕੀਨ ਦਵਾਇਆ ਕਿ ਇਸੇ ਤਰੀਕੇ ਜਿਵੇਂ ਹੁਣ ਰੈਂਡਮਲੀ ਨਾਕੇ ਲੱਗਦੇ ਰਹਿਣਗੇ। ਸਤਨਾਮ ਸਿੰਘ ਜੀ ਸਾਡੇ ਨਾਲ ਨੇ, ਸਰ ਬਹੁਤ ਨਿੱਘਾ ਸਵਾਗਤ ਹੈ ਤੁਹਾਡਾ ਜੀ। ਆਪਣੇ ਸੀਨੀਅਰ ਅਫਸਰਾਂ ਨੇ, ਬਲਾਤਰ ਅਫਸਰਾਂ ਨੇ ਇੱਥੇ ਅੱਜ ਜਿਹੜਾ ਹੈਗਾ ਸਾਡੇ SSP ਸਾਹਿਬ, ਮਾਨਯੋਗ SSP ਸਾਹਿਬ ਨੇ ਇੱਥੇ ਆਪਣੇ ਜ਼ਿਲ੍ਹੇ ਵਿੱਚ ਨਾਕੇ ਲਵਾਏ ਹਨ, ਅਤੇ ਜਿਹੜੇ ਵੀ ਇੱਥੇ ਕੋਈ ਮਾੜਾ ਅੰਸਰ ਹੈਗਾ, ਕੋਈ ਨਸ਼ਾ ਤਸਕਰ ਹੈਗਾ, ਇਹਨਾਂ ਨੂੰ ਨਕੇਲ ਪਾਈ ਜਾਊਗੀ ਅਤੇ ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਜੀ, ਅਤੇ ਸਖਤੀ ਨਾਲ ਬਾਕੀ ਆਮ ਪਬਲਿਕ ਦਾ ਪੂਰਾ ਸਹਿਯੋਗ ਦੇਵਾਂਗੇ, ਪੂਰਾ ਸਾਥ ਦੇਵਾਂਗੇ, ਅਤੇ ਸਾਡਾ ਵੀ ਸਾਥ ਦੇਣਾ, ਪਬਲਿਕ ਦੇ ਆਸਰੇ ਨਾਲ ਹੀ ਸਾਰਾ ਜਿਹੜਾ ਹੈਗਾ ਇਹ ਸਹਿਯੋਗ ਦੇ ਨਾਲ ਹੀ ਜਿਹੜਾ ਹੈਗਾ ਮਾੜੇ ਅੰਸਰਾਂ ਨੂੰ ਲੱਤ ਪਾਈ ਜਾਵੇ। ਮਤਲਬ ਸਰ ਚਲਾਣ ਸਿਰਫ ਚਲਾਣੇ ਹੀ ਕੱਟੇ ਜਾ ਰਹੇ ਕਿ ਜੇ ਕੋਈ ਸ਼ੱਕੀ ਵਿਅਕਤੀ ਆਉਂਦਾ ਜਾਂ ਕੋਈ ਮਾੜਾ ਅੰਸਰ ਆਉਂਦਾ ਉਹਦੇ 'ਤੇ ਬਾਜ ਵਾਲੀ ਨਿਗਾਹ ਰੱਖੀ ਜਾ ਰਹੀ ਹੈ? ਉਹਨਾਂ 'ਤੇ ਬਾਜ ਵਾਲੀ ਨਿਗਾਹ ਰੱਖੀ ਜਾਂਦੀ, ਉਹਨਾਂ ਨੂੰ ਚੈੱਕ ਕਰੀ ਜਾ, ਉਹਦਾ ਮੋਟਰਸਾਈਕਲ ਵਗੈਰਾ ਜਾਂ ਗੱਡੀ ਕੋਈ ਛੱਕੀ ਜਾਂਦੀ ਹੈ ਉਹਨੂੰ ਥੋੜ੍ਹਾ ਚੰਗੀ ਤਰ੍ਹਾਂ ਚੈੱਕ ਕਰਕੇ ਫੇਰ ਹੀ ਬਰੀਕੀ ਨਾਲ ਚੈੱਕ ਕਰਕੇ ਫੇਰ ਹੀ ਜਦੋਂ ਫਿਰ ਛੱਡ ਦੇਈਦਾ। ਅੱਛਾ ਸਰ, ਵਿੱਚ ਕੁਝ ਲੋਕ ਕਮੈਂਟ ਕਰ ਰਹੇ ਆ, ਕਹਿੰਦੇ ਕਿ ਜੀ ਅੱਜ ਲੱਗ ਗਿਆ ਮੁੜ ਕੇ ਨਹੀਂ ਲੱਗਣਾ, ਪਰ ਸਾਡੀ SSP ਸਾਹਿਬ ਨਾਲ ਗੱਲਬਾਤ ਹੋਈ ਸੀ, ਉਹ ਕਹਿੰਦੇ ਕਿ ਰੈਂਡਮਲੀ ਲੱਗਦੇ ਰਹਿਣਗੇ ਔਰ ਆਮ ਪਬਲਿਕ ਨੂੰ ਸੇਫ ਰੱਖਣਾ ਇਹ ਪਹਿਲ ਦੇ ਆਧਾਰ 'ਤੇ ਦੇਖਿਆ ਜਾਵੇਗਾ ਇਹਨੂੰ। ਕੁਝ ਆਮ ਜਿਹੜੇ ਹੈਗੇ ਪਬਲਿਕ ਉਹਨਾਂ ਦਾ ਆਪਾਂ ਪੂਰਾ ਸਹਿਯੋਗ ਦੇਵਾਂਗੇ, ਉਹ ਵੀ ਸਾਡਾ ਸਹਿਯੋਗ ਦੇ ਰਹੇ ਆ, ਅਸੀਂ ਵੀ ਉਹਨਾਂ ਦਾ ਸਹਿਯੋਗ ਦੇਵਾਂਗੇ, ਅਤੇ ਜਿਹੜੇ ਮਾੜੇ ਅੰਸਰ ਹੈ ਕੋਈ ਜਿਹੜਾ ਛੱਕੀ ਲੱਗਦਾ ਹੈਗਾ ਉਹਨੂੰ ਚੈੱਕ ਕਰਾਂਗੇ ਅਤੇ ਜੋ ਵੀ ਉਹਦੀ ਬਣਦੀ ਕਾਰਵਾਈ ਕਰੂੰਗੇ। ਅੱਜ ਕੋਈ ਅੜਕੇ ਵੀ ਆਇਆ ਜੀ ਫਿਰ? ਨਹੀਂ, ਹਾਲਾਂ ਤਾਂ ਅਜੇ ਤੱਕ ਫਿਲਹਾਲ ਕੋਈ ਨਹੀਂ ਆਇਆ। ਠੀਕ ਹੈ, ਚਲੋ ਸਰ ਨੂੰ ਡਿਸਟਰਬ ਵੀ ਨਾ ਕਰੀਏ, ਔਰ ਦੇਖ ਲਓ ਜੀ ਇੱਥੇ ਸਰ ਨੇ ਆਫ ਕੈਮਰਾ ਵੀ ਸਾਨੂੰ ਦੱਸਿਆ ਸੀ ਕਿ 18 ਦੇ ਕਰੀਬ ਜਿਹੜੇ ਮੁਲਾਜ਼ਮ ਇੱਥੇ ਤਾਇਨਾਤੀ ਹੈ। ਤੁਹਾਨੂੰ ਇੱਕ ਫੋਨ ਨੰਬਰ ਵੀ ਅਸੀਂ ਦੇ ਦਾਂਗੇ, ਅਸੀਂ ਆਪਣੇ ਚੈਨਲ 'ਤੇ ਪੋਸਟ ਕਰ ਦਾਂਗੇ ਇੱਕ ਫੋਨ ਨੰਬਰ, ਜੋ SSP ਸਾਹਿਬ ਨੇ ਕਿਹਾ ਕਿ ਉਹਨਾਂ ਕੋਲ ਹੀ ਹੁੰਦਾ ਨਸ਼ਾ ਤਸਕਰਾਂ ਦੇ ਖਿਲਾਫ। ਜੇਕਰ ਕੋਈ ਤੁਸੀਂ ਆਪਣਾ ਸਹਿਯੋਗ ਪਾਉਣਾ ਚਾਹੁੰਦੇ ਹੋ, ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਉਸ ਨੰਬਰ 'ਤੇ ਦੇ ਸਕਦੇ ਹੋ। ਕਿਉਂਕਿ ਆਮੂਮਨ ਇਹ ਗੱਲ ਹੁੰਦੀ ਹੈ ਕਿ ਜਦੋਂ ਨਸ਼ਾ ਤਸਕਰਾਂ ਖਿਲਾਫ ਕੋਈ ਇਨਫੋਰਮੇਸ਼ਨ ਦਿੰਦਾ ਹੈ ਤਾਂ ਪਰਸਨਲ ਰੰਜਿਸ਼ਾਂ ਹੋ ਜਾਂਦੀਆਂ, ਲੇਕਿਨ SSP ਸਾਹਿਬ ਨੇ ਇਹ ਵੀ ਵਿਸ਼ਵਾਸ ਦਵਾਇਆ ਕਿ ਤੁਸੀਂ ਉਹਨਾਂ ਦੇ ਨੰਬਰ 'ਤੇ ਕਾਲ ਕਰ ਸਕਦੇ ਹੋ, ਤੁਹਾਡੀ ਜਾਣਕਾਰੀ ਕਿ ਇਹ ਇਨਫੋਰਮੇਸ਼ਨ ਕਿਹਨੇ ਦਿੱਤੀ ਹੈ ਕਿਸੇ ਤੱਕ ਨਹੀਂ ਪਹੁੰਚੇਗੀ, ਔਰ ਤੁਸੀਂ ਸਹਿਯੋਗ ਦੇ ਸਕਦੇ ਹੋ। ਤਾਂ ਇਹ ਮੂਸਾਪੁਰ ਰੋਡ ਦੀਆਂ ਤਸਵੀਰਾਂ, ਇਸ ਤਰੀਕੇ ਦੀ ਡਰਾਈਵ ਚੱਲਦੀ ਰਹੇਗੀ, ਔਰ ਜਦੋਂ ਗੱਲਬਾਤ ਵੀ ਕਰ ਰਹੇ ਸੀ SSP ਸਾਹਿਬ, ਇਉਂ ਲੱਗ ਰਿਹਾ ਸੀ ਕਿ ਜਿਵੇਂ ਨਿਸ਼ਚੈ ਬੜਾ ਪੱਕਾ ਹੈ, ਦ੍ਰਿੜ ਨਿਸ਼ਚੈ, ਔਰ ਨਵੇਂ ਸ਼ਹਿਰ ਦੀ ਹਾਲਤ ਬੜੀ ਖਸਤਾ ਹੈ, ਤਾਂ ਅਸੀਂ ਵੀ ਇੱਕ ਸੁਜੈਸ਼ਨ ਜ਼ਰੂਰ ਦੇਵਾਂਗੇ
कि अमूमन जिहड़ियां दुकानां दे उत्ते कैमरे लगे हुंदे आ, कारां दे कैमरे कई वेले चलदे हुंदे तां कि उहनां दी दुकान नूं जां शोरूम नूं कोई प्रॉब्लम आवे तां उहदे तों जानकारी मिल सके। लेकिन जे सड़कां दे उत्ते होण कैमरे तां वध बेनीफिट हो सकदा है। ਤਾਂ ਜਿਵੇਂ ਸਤਨਾਮ ਕੀ ਵਿਅਕਤੀ ਹੈ ਅਤੇ ਬਾਜ਼ ਵਾਲੀ ਨਿਗ੍ਹਾ ਰੱਖਣੀ ਪੈਂਦੀ ਹੈ। ਔਰ ਸਿਰਫ ਮੁਸਾਫਰ ਰੋਡ 'ਤੇ ਨਹੀਂ, ਬੰਗਾ ਰੋਡ 'ਤੇ, ਚੰਡੀਗੜ੍ਹ ਰੋਡ 'ਤੇ, ਸਬ ਡਿਵੀਜ਼ਨ ਨਵਾਂ ਸ਼ਹਿਰ, ਸਬ ਡਿਵੀਜ਼ਨ ਬੰਗਾ, ਕਈ ਥਾਵਾਂ 'ਤੇ ਨਾਕੇਬੰਦੀ ਹੋਈ ਹੋਈ ਹੈ। ਔਰ ਕੋਸ਼ਿਸ਼ ਕਰਦੇ ਹੁਣ ਤੁਹਾਨੂੰ ਹੋਰ ਕਿਸੇ ਲੋਕੇਸ਼ਨ 'ਤੇ ਜਾ ਕੇ ਵੀ ਦਿਖਾਈਏ ਜਿੱਥੇ ਨਾਕੇਬੰਦੀ ਚੱਲ ਰਹੀ ਹੈ। ਔਰ ਸੀਨੀਅਰ ਅਫੀਸ਼ੀਅਲਸ ਜਿਹੜੇ ਖੁਦ ਮੌਜੂਦ ਨੇ ਨਾਕਿਆਂ 'ਤੇ, ਔਰ ਉਮੀਦ ਹੈ ਕਿ ਜਿਹੜੇ ਪਿਛਲੇ ਕੁਝ ਸਮੇਂ ਤੋਂ ਅਸੀਂ ਵੀ ਰੌਲਾ ਪਾ ਰਹੇ ਸੀ, ਦੁਹਾਈ ਪਾ ਰਹੇ ਸੀ ਕਿ ਨਸ਼ਾ ਵੱਧ ਗਿਆ, ਵਾਰਦਾਤਾਂ ਵੱਧ ਗਈਆਂ, ਤਾਂ SSP ਸਾਹਿਬ ਦੇ ਆਉਣ ਤੋਂ ਬਾਅਦ, ਹੁਣ ਉਹਨਾਂ ਦੀ ਜੁਆਇਨਿੰਗ ਤੋਂ ਬਾਅਦ ਇਹਨਾਂ ਨੂੰ ਨਕੇਲ ਪਏਗੀ ਔਰ ਕੰਮ ਵਿੱਚ ਤੇਜ਼ੀ ਆਏਗੀ। ਤੁਸੀਂ ਆਪਣਾ ਕੋਈ ਸੁਝਾਅ ਹੈ ਤਾਂ ਕਮੈਂਟ ਕਰ ਦੇਣਾ ਔਰ ਬਣੇ ਰਹਿਣਾ ਜੀ TV 32 ਨਵਾਂ ਸ਼ਹਿਰ ਦੇ ਨਾਲ। ਬਣੇ ਰਹਿਣਾ ਜੀ TV 32 ਨਵਾਂ ਸ਼ਹਿਰ ਨਾਲ। ਆਪਣੇ ਛੋਟੇ ਵੀ ਦਿਨੇਸ਼ੂਰੀ ਕੈਮਰਾ ਪਰਸਨ ਵਿੱਚ ਤੁਹਾਨੂੰ ਇਜਾਜ਼ਤ ਦਿਓ, ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ ਤਾਂ ਮੌਕੇ ਦੀਆਂ ਤਸਵੀਰਾਂ ਵੀ ਜੇ ਤੁਸੀਂ ਦਿਖਾਉਂਦੇ ਰਹੋ। ਤਾਂ ਜਿਵੇਂ ਉਹਨਾਂ ਨੇ ਹੈਲਮੈਟ ਪਾਇਆ ਹੋਇਆ, ਪਰਿਵਾਰ ਹਸਬੈਂਡ ਵਾਈਫ ਹੈ, ਉਹਨਾਂ ਨੂੰ ਨਹੀਂ ਰੋਕਿਆ। ਲੇਕਿਨ ਜੇ ਕੋਈ ਸ਼ੱਕੀ ਲੱਗਦਾ ਜਾਂ ਕਿਸੇ ਕੋਲ ਜਿਵੇਂ ਮੋਟਰਸਾਈਕਲਾਂ 'ਤੇ ਨੰਬਰ ਨਹੀਂ ਹੁੰਦੇ, ਨੰਬਰ ਪਲੇਟ ਨਹੀਂ ਹੁੰਦੀ, ਉਹਨਾਂ ਨੂੰ ਰੋਕਿਆ ਜਾ ਰਿਹਾ। ਜ਼ਰੂਰੀ ਚੀਜ਼ਾਂ ਕੀਤੀਆਂ ਜਾ ਰਹੀਆਂ, ਢੁੱਕਵੇਂ ਐਕਸ਼ਨ ਲਏ ਜਾ ਰਹੇ ਆ। ਜੀ ਬਹੁਤ ਬਹੁਤ ਸ਼ੁਕਰੀਆ। Thank you.